ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਹਾਂ ਜੀ ਲੁਧਿਆਣੇ ਸਿਵਲ ਹੋਸਪਿਟਲ ਦੀ ਬੈਕ ਸਾਈਡ। ਆ ਸਿਵਲ ਹੋਸਪਿਟਲ ਦੀ ਕੰਧ ਆ ਜੀ, ਆਲਰੇਡੀ ਪਿੱਛੇ ਦੇਖਦੇ ਹੋ ਤੁਸੀਂ। ਇਹਦੇ ਪਿੱਛੇ ਹੀ ਮੋਰਚਰੀ ਆ ਇੱਥੇ, ਜਿੱਥੇ ਸ਼ਹਿਰ ਦੇ ਲਵਾਰਸਾਂ ਦੀਆਂ ਲਾਸ਼ਾਂ ਲਵਾਰਸਾਂ ਵਾਂਗੂ ਹੀ ਪਈਆਂ ਹੁੰਦੀਆਂ। ਵੱਡਾ ਸਾਰਾ ਇੱਕ ਫਰੀਜ਼ਰ ਬਣਾਇਆ, ਉਹਦੇ 'ਚ ਭਰੀਆਂ ਹੋਈਆਂ ਲਾਸ਼ਾਂ। ਉਹ ਇੰਤਜ਼ਾਰ ਕਰਦੀਆਂ ਕਿਸੇ ਚੰਗੇ ਇਨਸਾਨ ਦੀਆਂ, ਵੀ ਜਿਹੜਾ ਉਹਨਾਂ ਦਾ ਸੰਸਕਾਰ ਕਰਾਊਗਾ। ਤੇ ਅੱਜ ਇਹ ਵੀਰ ਨੰਗਾ ਹੀ ਪਿਆ, ਕੱਪੜਾ ਢੱਕ ਦੇ ਉੱਤੇ ਪਹਿਲਾਂ ਨੰਗਾ ਹੀ ਪਿਆ, ਕੱਲਾ ਉੱਪਰ ਬੋਡੀ ਵਾਰਮਰ ਪਾਇਆ ਹੋਇਆ ਵਾ ਜਿਹੜਾ ਸਰਦੀਆਂ ਵਾਲਾ, ਥੱਲੇ ਉਹ ਨੰਗਾ ਵਾ। ਤੇ ਇਹ ਸਿਰਫ ਇੱਥੇ ਇੰਤਜ਼ਾਰ ਕਰ ਰਿਹਾ ਆਪਣੀ ਮੌਤ ਦਾ, ਹੋਰ ਕੁਛ ਨੀ। ਜਦੋਂ ਇਹ ਮਰ ਜੂਗਾ ਉਦੋਂ ਬਾਅਦ ਇਹਨੂੰ ਐਂਬੂਲੈਂਸ ਵੀ ਆਜੂਗੀ ਲੈਣ, ਇੱਥੋਂ ਚੱਕ ਕੇ ਉੱਪਰ ਦੀ ਗੇਟ ਤੋਂ ਨੀ ਘੁਮਾ ਕੇ ਇੱਥੇ ਅੰਦਰ ਇਹਨੂੰ ਰੱਖ ਦੇਣਗੇ ਲਿਬਾਰਸ ਡੈਡ ਬੋਡੀਆਂ ਦੇ ਵਿੱਚ। ਪਰ ਜਿਉਂਦੇ ਨੂੰ ਇਹਨੂੰ ਕੋਈ ਨੀ ਚੱਕੂਗਾ, ਕਿਉਂਕਿ ਜਿਉਂਦਾ ਲੱਖਾਂ ਰੁਪਈਆਂ ਦਾ ਖਰਚ ਕਰਾਊ ਇਹ, ਮਰਿਆ ਹੋਇਆ ਸਿਰਫ ਕਿਸੇ ਨੂੰ ਕਹਿ ਕੇ ਸਮਾਜ ਸੇਵੀ ਨੂੰ ਇਹਦਾ ਅੰਤਮ ਸੰਸਕਾਰ ਕਰਾ ਦਿੱਤਾ ਜਾਊ। ਜਿਵੇਂ ਸਾਡੇ ਅਨਮੋਲ ਕਵੱਤਰਾ ਵਾ ਮੁੰਡਾ, ਉਹਦੇ ਡੈਡੀ ਲਿਬਾਰਸ ਬੋਡੀਆਂ ਦਾ ਸੰਸਕਾਰ ਕਰਾਉਂਦੇ ਨੇ, ਇੱਦਾਂ ਹੀ ਸੇਠੀ ਢਾਬੇ ਵਾਲਾ ਵੀਰ ਆ ਸਾਡਾ, ਉਹ ਲਿਬਾਰਸ ਬੋਡੀਆਂ ਦਾ ਸੰਸਕਾਰ ਕਰਾਉਂਦੇ ਨੇ। ਉਹ ਇੱਦਾਂ ਦੇ ਲੋਕ ਜਦੋਂ ਮਰ ਜਾਂਦੇ ਨੇ, ਪੁਲਿਸ ਚੱਕ ਕੇ ਜਾਂ ਪ੍ਰਸ਼ਾਸਨ ਚੱਕ ਕੇ ਜਾਂ ਹੈਲਥ ਡਿਪਾਰਟਮੈਂਟ ਚੱਕ ਕੇ ਉਹਨੂੰ ਮੋਰਚਰੀ 'ਚ ਰੱਖ ਦਿੰਦਾ ਪੰਚਨਾਮਾ ਕਰਾ ਕੇ। ਉਸ ਤੋਂ ਬਾਅਦ ਇਸ ਤਰ੍ਹਾਂ ਦੇ ਕਿਸੇ ਸਮਾਜ ਸੇਵੀ ਨੂੰ ਬੇਨਤੀ ਕੀਤੀ ਜਾਂਦੀ ਆ ਤੇ ਉਹ 2,000-2,500 ਦੀਆਂ ਲੱਕੜਾਂ ਆਪਦੇ ਕੋਲੋਂ ਪਵਾ ਕੇ ਉਹਦੀ ਅੰਤਿਮ ਕਿਰਿਆਵਾਂ ਕਰਦੇ ਨੇ। 8-8, 10-10 ਬੰਦਿਆਂ ਦਾ ਇਕੱਠਾ ਸੰਸਕਾਰ ਇੱਕ ਦਿਨ ਹੁੰਦਾ। ਇਹ ਵੀ ਉਸੇ ਚੀਜ਼ ਦੇ ਇੰਤਜ਼ਾਰ 'ਚ ਪਿਆ ਇਨਸਾਨ। ਇੱਥੇ ਮਾਸਕ ਦਿਓ ਕਾਕਾ, ਮਾਸਕ ਦਿਓ, ਪਾਣੀ ਦੀ ਬੋਤਲ ਲਿਆਈ ਚੱਕ ਕੇ ਨਾਲੇ। ਅੱਜ ਬੜੀ ਦੁੱਖ ਦੀ, ਬੜੀ ਸ਼ਰਮ ਦੀ ਗੱਲ ਆ, 75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ, ਤੇ ਅਸੀਂ ਇਸ 75 ਸਾਲਾਂ ਦੀ ਆਜ਼ਾਦੀ ਦੀਆਂ ਗੱਲਾਂ ਕਰਦੇ ਹਾਂ। ਕੁਝ ਦਿਨ ਪਹਿਲਾਂ ਹੀ ਇਲੈਕਸ਼ਨਾਂ ਹੋ ਕੇ ਹਟੀਆਂ ਤੇ ਪ੍ਰਧਾਨ ਮੰਤਰੀ ਸਾਹਿਬ ਤੀਜੀ ਵਾਰੀ ਚੁਣੇ ਗਏ ਨੇ, ਤੇ ਬੇਨਤੀ ਆ ਸਾਡੀ ਵੀ ਆਹ ਸਿਸਟਮ ਕਦੋਂ ਬਦਲੂ। ਇਹ ਕਿਸੇ ਦੇ ਮੈਨੀਫੈਸਟੋ ਚ ਨਹੀਂ ਸੀ, ਇਹ ਲੋਕ ਕਿਸੇ ਪਾਰਟੀ ਦੇ ਇਹ ਏਜੰਡੇ ਚ ਨਹੀਂ ਸੀ ਲੋਕ, ਕਿਉਂਕਿ ਨਾ ਤਾਂ ਇਹਨਾਂ ਦੀ ਕੋਈ ਯੂਨੀਅਨ ਆ ਤੇ ਨਾ ਇਹ ਧਰਨੇ ਦੇਣ ਜੋਗੇ ਆ ਵਿਚਾਰੇ। ਇਹ ਲਾਵਾਰਸ ਲੋਕ ਇਹ ਨਰਕ ਕੱਟ ਰਹੇ ਨੇ, ਇੱਦਾਂ ਹੀ ਮਰ ਮੁਰ ਜਾਂਦੇ ਨੇ, ਇਹਨਾਂ ਦੇ ਵਾਸਤੇ ਕੋਈ ਆਵਾਜ਼ ਨਹੀਂ ਉਠਾਉਂਦਾ। ਬਾਈ ਕਿਆ ਨਾਮ ਹੈ ਤੁਹਾਡਾ? ਥੋੜਾ ਤਾਂ ਨਹੀਂ ਉੱਠ ਕੇ ਬੈਠੋ, ਬੈਠੋ, ਇੱਧਰ ਢੋ ਲਵਾ ਦੇ ਤੁਸੀਂ। ਉਹ ਕਿੰਨਾ ਗਰਮ ਪਿਆ ਪਿੰਡਾਂ, ਇਹਦਾ ਬੁਖਾਰ ਬਹੁਤ ਹੈ ਬਾਈ। ਕੀ ਨਾਮ ਆ ਤੇਰਾ? ਹੈ ਦਿਨੇਸ਼? ਦਿਨੇਸ਼ ਕੋਈ ਗੱਲ ਨੀ, ਬੈਠੋ ਤੇ ਪਾਣੀ ਪੀਓ, ਪਹਿਲੇ ਪਾਣੀ ਪੀਓ। ਕੋਈ ਨਾ ਕੋਈ ਨਾ, ਪੀ ਲਓ ਪਾਣੀ, ਪੀ ਲਓ ਬੇਟਾ। ਦਿਨੇਸ਼ ਕਿਆ ਹੁਆ ਯਹਾਂ ਬੈਠੇ ਹੋ?
ਕਿਆ ਕੰਮ ਕਰਤੇ ਥੇ? ਹੈਂ? ਹੈਂ? ਕੈਟਰਿੰਗ ਕਾ ਕੰਮ ਕਰਤੇ ਥੇ? ਕਹਾਂ ਪੇ, ਕਿਸਕੇ ਸਾਥ? ਹੈਂ? ਸਿਮਰਾਲਾ? ਕਿਆ ਬੋਲ? ਹੈਂ? ਸੋਨਾ ਗ੍ਰੈਂਡ ਮੇਂ ਕਾਮ ਕਰਤੇ ਥੇ? ਕੌਨ ਸੇ ਕੈਟਰਿੰਗ ਵਾਲੇ ਕੇ ਸਾਥ ਕਾਮ ਕਰਤੇ ਥੇ? ਭਾਈ ਕਿਸਕੇ ਸਾਥ ਕਾਮ ਕਰਤੇ ਥੇ? ਪਾਣੀ ਹੋਰ ਪੀ ਲਾ, ਪਾਣੀ ਪੀਓ ਪਹਿਲੇ, ਬੋਲ ਤੋ ਪਾ ਨਹੀਂ ਰਹੇ, ਅੰਦਰ ਸੇ ਜਵਾਨ ਸੂਖੀ ਪੜੀ ਹੈ। ਦਿਨੇਸ਼ ਕੁਮਾਰ ਕੈਟਰਿੰਗ ਦਾ ਕੰਮ ਕਰਦਾ ਸੀਗਾ, ਕੈਟਰਿੰਗ ਦਾ ਕੰਮ ਕਰਦੇ ਪਤਾ ਨੀ ਕਿੰਨੀਆਂ ਵਿਆਹ ਸ਼ਾਦੀ। ਔਰ ਦੂ ਪਾਣੀ, ਇੱਕ ਬੋਤਲ ਪਾਣੀ ਦੀ ਬੋਤਲ ਲਿਆ, ਹੋਰ ਇੱਕ ਪਾਣੀ ਦੀ ਬੋਤਲ ਹੋਰ ਲਿਆ। ਪਿਆਸਾ ਪਿਆ, ਭੁੱਖਾ ਪਿਆਸਾ ਪਿਆ। ਦਿਨੇਸ਼ ਰੀਅਲ ਦੇ ਵਿੱਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ, ਰੀਅਲ ਚ। ਐ ਨੀ ਵੀ ਕਹਿਣ ਦੀ ਗੱਲ ਨੀ ਕੋਈ ਸਾਡੀ। ਇਹ ਪਕੜੋ ਦਿਨੇਸ਼, ਪਕੜੋ ਬੇਟਾ, ਸਾਡੇ ਉਹੀ ਡਾਇਲੋਗ ਹੁੰਦੇ ਆ, ਉਹੀ ਗੱਲਾਂ ਹੁੰਦੀਆਂ ਹਰ ਵੀਡੀਓ ਚ, ਰਿਪੀਟ ਕਰ ਕਰਕੇ ਵੀ ਅਸੀਂ ਆਪਣੇ ਆਪ ਨੂੰ ਐ ਮਹਿਸੂਸ ਹੋਈ ਜਾਂਦਾ ਵੀ ਭੌਂਕ ਹੀ ਰਹੇ ਆ, ਕੋਈ ਫਰਕ ਤਾਂ ਪੈਂਦਾ ਨੀ ਕਿਸੇ ਦੇ ਕੰਨ ਤੇ, ਜੂ ਨੀ ਸਰਕਦੀ, ਕੋਈ ਸਿਸਟਮ ਨਹੀਂ ਕੰਮ ਕਰ ਰਿਹਾ, ਕੋਈ ਸ਼ੈਲਟਰ ਨਹੀਂ ਕੰਮ ਕਰ ਰਿਹਾ। ਬਸ ਇੱਕ ਜੇ ਕੰਮ ਕਰ ਰਹੀ ਹੈ ਤਾਂ ਮੋਰਚਰੀ ਆ, ਜੇ ਕੰਮ ਕਰ ਰਹੀ ਹੈ ਤਾਂ ਡੈੱਡ ਬੋਡੀਆਂ ਚੱਕਣ ਵਾਲੀ ਬੈਨ ਆ, ਜੇ ਕੰਮ ਕਰ ਰਹੀ ਆ ਤਾਂ ਉਹ ਇੱਕ ਚੰਗੇ ਲੋਕਾਂ ਦੀ ਇੱਕ ਫੌਜ ਆ ਜਿਹੜੀ ਇਹਨਾਂ ਦੇ ਮਰਨ ਤੋਂ ਬਾਅਦ ਸੰਸਕਾਰ ਕਰਾ ਦਿੰਦੀ ਆ, ਉਹਦੇ ਲਈ ਵੀ ਮਹੀਨਾ ਬੱਧੀ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ। ਦਿਨੇਸ਼ ਦੀ ਕੱਲ ਸਾਨੂੰ ਵੀਡੀਓ ਆਈ ਰਾਤ ਨੂੰ, ਜਦੋਂ ਰਾਤ ਸਾਨੂੰ ਵੀਡੀਓ ਆਈ, ਅਸੀਂ ਆਪਣੇ ਟੀਮ ਦੇ ਮੈਂਬਰ ਦੀ ਡਿਊਟੀ ਲਾਈ ਵੀ ਤੁਸੀਂ ਜਾ ਕੇ ਦੇਖ ਕੇ ਆਓ, ਤੇ ਅੱਜ ਸਵੇਰੇ ਤੜਕੇ ਹੁਣ 8 ਵਜੇ ਆ, ਸਾਡਾ ਟੀਮ ਦਾ ਮੈਂਬਰ ਸਵੇਰੇ 7 ਵਜੇ ਦਾ ਇਹਦੇ ਕੋਲੇ ਪਹੁੰਚ ਗਿਆ ਸੀ, ਸਾਰੇ ਬੱਬਲ ਦੀ ਡਿਊਟੀ ਲਾਈ ਸੀਗੀ, ਇਹ ਵੀਰ ਇੱਥੇ ਨੇੜੇ ਰਹਿੰਦਾ, ਇਹ ਵੀਰ ਨੇ ਆ ਕੇ ਸਾਨੂੰ ਦੱਸਿਆ ਵੀ ਬਾਈ ਹਾਲਤ ਬਹੁਤ ਖਰਾਬ ਆ, ਵੀ ਬਿਨਾਂ ਕੱਪੜਿਆਂ ਤੋਂ ਹੀ ਪਿਆ, ਵੀ ਜੇ ਅੱਜ ਦਾ ਦਿਨ ਲੰਘ ਗਿਆ ਤਾਂ ਫਿਰ ਜਿਵੇਂ ਅੱਗੇ ਵੀ ਸਾਡੇ ਨਾਲ ਬਹੁਤ ਵਾਰੀ ਅਕਸਰ ਏਦਾਂ ਹੁੰਦਾ ਵੀ ਜੇ ਅਸੀਂ ਇੱਕ ਅੱਧਾ ਦਿਨ ਲੇਟ ਹੋ ਜਾਈਦਾ, ਬੰਦਾ ਆਈਦਾ ਦੇਖੀਦਾ ਜਾਂ ਪਤਾ ਕਰਾਈਦਾ, ਟੀਮ ਮੈਂਬਰ ਭੇਜੀਦਾ, ਉਹ ਕਹਿੰਦੇ ਜੀ ਉੱਥੇ ਤਾਂ ਹੈ ਨੀ ਗਾ, ਬੰਦਾ 20 ਦਿਨਾਂ ਦਾ, ਮਹੀਨੇ ਦਾ, 6 ਮਹੀਨਿਆਂ ਦਾ ਉੱਥੇ ਪਿਆ ਹੁੰਦਾ, ਕਈ ਕਈ ਵਾਰ 6-6 ਮਹੀਨਿਆਂ ਦਾ। ਪਰ ਜਦੋਂ ਉਹਦੀ ਮੌਤ ਹੋ ਜਾਂਦੀ, ਉਹ 6 ਘੰਟੇ ਵੀ ਉੱਥੇ ਨੀ ਰਹਿੰਦਾ, 6 ਘੰਟੇ ਵੀ ਡੈੱਡ ਬੋਡੀ ਉੱਥੇ ਨੀ ਰਹਿੰਦੀ, 1.5 ਘੰਟੇ ਚ ਆ ਕੇ ਡੈੱਡ ਬੋਡੀ ਲੈ ਜਾਂਦੇ ਚੱਕ ਕੇ।
ਪਰ ਜਿਉਂਦਿਆਂ ਨੂੰ ਕੌਣ ਪਛਾਣਦਾ ਭਰਾਵੋ, ਕੌਣ ਪੁੱਛਦਾ? ਹੁਣ ਦਿਨੇਸ਼ ਕੁਮਾਰ ਕੈਟਰਿੰਗ ਦਾ ਕੰਮ ਕਰਦਾ ਸੀ, ਕੋਈ ਬਿਮਾਰ ਹੋ ਗਿਆ, ਪ੍ਰਵਾਸੀ ਹੈ ਵਿਚਾਰਾ, ਪਿੱਛੇ ਮਾਂ ਪਿਓ, ਭੈਣ ਭਰਾ, ਬੱਚੇ, ਪੰਜਾਬ ਚ ਕਿਸੇ ਚੰਗੇ ਭਵਿੱਖ ਲਈ ਆਇਆ ਸੀ ਆਪਣੇ ਜਾਂ ਆਪਣੇ ਬੱਚਿਆਂ ਦੇ। ਪਰ ਅੱਜ ਤੁਸੀਂ ਹਾਲਤ ਦੇਖੋ, ਜਿਹਾ ਕੰਬਲ ਚੱਕ ਦੀਏ ਤੁਸੀਂ ਦੇਖ ਨਹੀਂ ਪਾਵੋਗੇ, ਹੱਡੀਆਂ ਏਦਾਂ ਨਜ਼ਰ ਆਉਂਦੀਆਂ, ਸੁੱਕਿਆ ਪਿਆ ਜਮਾ। ਦਿਨੇਸ਼ ਭਾਈ ਕਿਤਨੇ ਦਿਨ ਸੇ ਜਹਾਂ ਪੜੇ ਹੋ, ਹੱਥ ਦੇਖੋ ਉਹਦੇ, ਟੋਇਲਟ ਹੱਥਾਂ ਦੇ ਵਿੱਚ ਲੱਗੀ ਹੋਈ, ਇਹਨਾਂ ਹੱਥਾਂ ਦੇ ਨਾਲ ਹੀ ਜੇ ਕੋਈ ਬ੍ਰੈਡ ਦੇ ਦਿੰਦਾ ਜਾਂ ਕੋਈ ਮਾੜਾ ਮੋਟਾ ਕੁਛ ਖਾਣ ਨੂੰ ਦੇ ਦਿੰਦਾ, ਦਿਨੇਸ਼ ਇਹਨਾਂ ਹੱਥਾਂ ਨਾਲ ਹੀ ਖਾ ਲੈਂਦਾ। ਆ ਗੱਦਾ ਤੁਸੀਂ ਦੇਖੋ ਕੀ ਹਾਲਤ ਹੈ, ਵੀ ਕਿਸੇ ਦਾਨੀ ਨੇ, ਵੀਰ ਨੇ, ਕਿਸੇ ਨੇ ਸਿੜਤਾ ਵਿਚਾਰੇ ਨੇ ਦੇ ਤਾ ਇਹਨੂੰ, ਜਿਹਦੇ ਉੱਤੇ ਪਿਆ ਵਾ। ਪਰ ਦੁੱਖ ਇਸ ਗੱਲ ਦਾ ਵੀ ਸਿਵਲ ਹਸਪੀਟਲ ਦੀ ਕੰਧ ਦੇ ਨਾਲ ਪਿਆ ਜਮਾ। ਦਿਨੇਸ਼ ਭਾਈ, ਇਹ ਭਾਈ ਤੁਹਾਡੇ ਬੱਚੇ ਹੈ? ਸ਼ਾਦੀ ਹੋਈ ਹੈ? ਨਹੀਂ ਹੋਈ। ਕਹਾਂ ਕਿ ਰਹਿਣੇ ਵਾਲੇ ਹੋ? ਮੁੰਬਈ। ਮਹਾਰਾਸ਼ਟਰ ਦਾ ਬਿਠਾਇਓ ਥੋੜੇ ਟਾ ਕੇ ਚੰਗੀ ਤਰ੍ਹਾਂ। ਕੰਬਲ ਲਿਆ ਪਿੱਛੇ, ਢੋ ਲਵਾਓ ਪਿੱਛੇ, ਢੋ ਲਵਾਓ ਲਿਆ ਕੇ। ਦਿਨੇਸ਼ ਭਾਈ ਪਾਣੀ ਪੀਣ ਨਾਲ ਹੀ ਥੋੜਾ ਟੈਕ ਚ ਆ ਗਿਆ ਵਿਚਾਰਾ, ਥੋੜਾ ਪਾਣੀ ਪੀਣ ਨਾਲ ਹੀ ਥੋੜੀ ਸਪੋਰਟ ਮਿਲਣ ਲੱਗ ਗਈ ਉਹਦੀ ਬੋਡੀ। ਰਜਾਈ ਦੇ ਦੇ, ਪਿੱਛੇ ਲਗਾ ਦਿੱਤੇ, ਲਗਾ ਦਿੱਤੇ। ਆ ਬਤਾਓ, ਥੋੜਾ ਰਿਲੈਕਸ ਕਰਨਾ ਹੈ? ਠੀਕ ਹੈ, ਰਿਲੈਕਸ ਕਰ ਲੋ, ਕੋਈ ਬਾਤ ਨੀ। ਦਿਨੇਸ਼ ਕਿਤਨਾ ਪੜੇ ਹੋ? ਨਾਇੰਥ ਪੜੇ ਹੋ? ਠੀਕ ਹੈ। ਕਹਾਂ ਕੇ ਰਹਿਣੇ ਵਾਲੇ ਹੋ? ਮੁੰਬਈ ਸੇ? ਥਾਣਾ ਸੀ ਜਹਾਂ ਕੈਟਰਿੰਗ ਕਾ ਕੰਮ ਕਰਤੇ ਸੀ। ਨਸ਼ਾ ਕਰਤੇ ਸੀ? ਕੋਈ ਨਸ਼ਾ? ਐਸੇ ਹਾਲਤ ਕੈਸੇ ਬਣ ਗਿਆ? ਪੈਸਾ ਜੋ ਕਮਾਤੇ ਸੀ ਕਹਾਂ ਜਾਤਾ ਥਾ ਪੈਸਾ? ਛੱਦ ਵੀ ਨਹੀਂ ਮਨਾਇਆ, ਪੈਸਾ ਕਿੱਧਰ ਜਾਤਾ ਥਾ? ਅੱਛਾ, ਕਿਉਂ ਸੀ? ਲੈਟਰਿਨ ਵਾਲੀ ਜਗ੍ਹਾ ਥਾਂ ਇਹਦੀ ਬਲੱਡ ਹੀ ਨਿਕਲ ਜਾਂਦਾ, ਪਸ ਤੇ ਬਲੱਡ, ਬਲੀਡਿੰਗ ਹੋ ਰਹੀ ਹੈ ਥੱਲੇ ਦੇ ਵਿਚਾਰੇ ਦੇ। ਚਲੋ ਪਹਿਲਾਂ ਤਾਂ ਆਪਾਂ ਲੈ ਕੇ ਚੱਲੀਏ ਗੱਲਾਂ, ਫਿਰ ਬਾਅਦ ਚ ਕਰਾਂਗੇ ਨਾ। ਆ ਮਾਈਕ ਲਾ ਲਓ ਕਾਕਾ, ਸਾਫ ਹੱਥ ਦਾ। ਕਿਹੜੀ ਫੜ ਲਓ, ਆਹ ਕੰਬਲ ਕੱਢ ਕੇ ਥੱਲੇ ਲਾ ਲਓ। ਤੁਸੀਂ ਪੀ ਲੈਂਦੇ, ਪੀ ਲੈਂਦੇ ਪਾਣੀ, ਪੀ ਲੈ ਪਾਣੀ, ਪੀ ਲੈ, ਪੀ ਲੈ ਪਾਣੀ। ਦਿਨੇਸ਼ ਇੱਥੇ ਵਿਛਾਉਣਾ ਪੁੱਤ। ਹਰਪੀ ਚੁੱਕਾ ਥੱਲੇ ਵਾਲਾ, ਥੱਲੇ ਵਾਲਾ ਕੰਬਲ ਖੜ ਜਾ, ਖੜ ਜਾ, ਖੜ ਜਾ, ਆ ਲੜ ਫੜਾ, ਆ ਲੜ ਫੜਾ। ਪਾਣੀ ਹੋਰ ਮਿਲ ਜੂ ਉਹਨੂੰ ਰੱਖ ਦੇ।
ਘੁੰਮੇ ਸਿਰ ਤੋਂ ਥੱਲੇ ਕਰ ਰਹੇ ਸਿਰ ਤੋਂ ਥਾਣੇ ਦਾ ਇਲਾਕੇ ਦਾ ਰਹਿਣ ਵਾਲਾ ਬੰਬੇ ਦਾ ਦਿਨੇਸ਼ ਇਹਨਾਂ ਹਾਲਾਤਾਂ ਚ ਕਿਵੇਂ ਗਿਆ ਕਿਉਂ ਗਿਆ ਇਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਥੋੜਾ ਠੀਕ ਹੋਣ ਦੋ, ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਅਰਦਾਸ ਕਰਿਓ ਦਿਨੇਸ਼ ਠੀਕ ਹੋ ਜੇ, ਥੋੜਾ ਤੰਦਰੁਸਤ ਹੋ ਜਾਵੇ, ਇਹਦਾ ਪਰਿਵਾਰ ਦਾ ਪਤਾ ਲੱਗ ਜੇ, ਇਹਦਾ ਚਿਹਰਾ ਜੇ ਤੁਸੀਂ ਪਹਿਚਾਣਦੇ ਹੋ ਕੋਈ, ਜੇ ਕਿਸੇ ਨਾਲ ਇਹਨੇ ਕੰਮ ਕੀਤਾ, ਜੇ ਕੋਈ ਇਹਦਾ ਕੁਲੀਗ ਇਹਦਾ ਸਾਥੀ ਸਾਡੀ ਇਸ ਵੀਡੀਓ ਨੂੰ ਦੇਖ ਰਿਹਾ ਵਾ ਤਾਂ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਨ, ਕਿਉਂਕਿ ਦਿਨੇਸ਼ ਦੇ ਐਡਰੈਸ ਬਾਰੇ ਜਾਂ ਇਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈਗੀ। ਜੇ ਕੋਈ ਪਹਿਚਾਣਦਾ ਤਾਂ ਸਾਡੇ ਸਕਰੀਨ ਤੇ ਜਿਹੜੇ ਨੰਬਰ ਦਿੱਤੇ ਹੋਏ ਆ ਪੇਜ ਤੇ ਉਹਨਾਂ ਤੇ ਜ਼ਰੂਰ ਸੰਪਰਕ ਕਰਿਓ ਤੇ ਇਸ ਵੀਰ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਜਿੱਥੇ ਇਹਦਾ ਟ੍ਰੀਟਮੈਂਟ ਹੋਊਗਾ। ਬਸ ਇਹੀ ਸਾਡੀ ਇੱਕ ਬੇਨਤੀ ਆ ਵੀ ਇੰਨੇ ਸਾਲ ਆਜ਼ਾਦ ਹੋਇਆਂ ਨੂੰ ਹੋ ਗਏ ਆ, ਪੰਜਾਬ ਭਾਰਤ ਬਹੁਤ ਤਰੱਕੀ ਤੇ ਆ, ਪਰ ਇਹਨਾਂ ਲਾਵਾਰਿਸ ਲੋਕਾਂ ਵਾਸਤੇ ਇਹ ਬਹੁਤ ਨੇ, ਸੜਕਾਂ ਤੇ ਰਹਿੰਦੇ ਆ, ਘੁੰਮਦੇ ਆ, ਤੁਰੇ ਫਿਰਦੇ ਆ, ਉਹ ਉਹਨਾਂ ਦਾ ਪਰਸਨਲ ਆ। ਪਰ ਜਦੋਂ ਕੋਈ ਇਸ ਤਰ੍ਹਾਂ ਦੀ ਹਾਲਤ ਚਲੇ ਜਾਂਦਾ ਬੰਦਾ, ਉਸ ਟਾਈਮ ਉਹਨੂੰ ਕੇਅਰ ਹੋਣੀ ਚਾਹੀਦੀ ਉਹਦੀ, ਉਸ ਟਾਈਮ ਉਹਨੂੰ ਉਹਦੀ ਹੈਲਪ ਹੋਣੀ ਚਾਹੀਦੀ, ਉਹਨੂੰ ਇਲਾਜ ਮਿਲਣਾ ਚਾਹੀਦਾ। ਲੁਧਿਆਣੇ ਹਸਪੀਟਲ ਦੇ ਵਿੱਚ ਇੱਕ ਅਨਨੋਨ ਵਾਰਡ ਆ ਜਿੱਥੇ ਲਵਾਰਸ ਲੋਕਾਂ ਦੀ ਵਾਰਡ ਆ, ਉੱਥੇ ਕਈ ਸੰਸਥਾਵਾਂ ਕੰਮ ਕਰਦੀਆਂ, ਸੇਵਾਵਾਂ ਕਰਦੀਆਂ, ਉਹਨਾਂ ਲੋਕਾਂ ਨੂੰ ਸੰਭਾਲਦੀਆਂ, ਉਹਨਾਂ ਦੀ ਦਵਾਈ ਦਾਰੂ ਦੇ ਨਾਲ ਨਾਲ ਖਾਣ ਪੀਣ ਦਾ ਇੰਤਜ਼ਾਮ ਕਰਦੀਆਂ। ਇਹ ਸਿਸਟਮ ਆ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਵੀ ਜਿਹੜੀ ਅਨਨੋਨ ਵਾਰਡ ਆ, ਜਿਹੜੀ ਲਵਾਰਸਾਂ ਦੀ ਵਾਰਡ ਆ ਇੱਕ, ਉੱਥੇ 10-12 ਸਟਾਫ ਰੱਖੇ ਜਾਣ ਚੰਗੇ, ਉਹ ਲਵਾਰਸਾਂ ਨੂੰ ਉੱਥੇ ਜਾ ਕੇ ਅਹਿਸਾਸ ਨਾ ਹੋਵੇ ਵੀ ਇਹ ਲਵਾਰਸ ਆ ਹਸਪੀਟਲ ਚ। ਪਰ ਇਸ ਚੀਜ਼ ਦਾ ਬੜਾ ਮਾੜਾ ਅਸਰ ਪੈਂਦਾ ਇਹਨਾਂ ਲੋਕਾਂ ਤੇ ਜਦੋਂ ਇਹਨਾਂ ਨੂੰ ਕੋਈ ਐਡਮਿਟ ਨਹੀਂ ਕਰਦਾ। ਜੇ ਕੋਈ ਧੱਕੇ ਨਾਲ ਐਡਮਿਟ ਕਰਾਇਆ ਆਉਂਦਾ ਕਹਿ ਕੇ ਕੋਈ ਸ਼ਹਿਰੀ ਜਿਹਦੀ ਕੋਈ ਅਪਰੋਚ ਹੈਗੀ ਆ, ਤਾਂ ਉਹ ਰਾਤ ਨੂੰ ਜਾਂ ਸਵੇਰ ਨੂੰ ਬਾਹਰ ਨਿਕਲ ਜਾਂਦਾ ਦੁਬਾਰਾ, ਕਿਉਂਕਿ ਉੱਥੇ ਉਹਦੀ ਕੇਅਰ ਹੀ ਨਹੀਂ ਕਰਦਾ। ਤੇ ਜੇ ਨਹੀਂ ਨਿਕਲਣ ਵਾਲਾ ਹੈਗਾ, ਕਈਆਂ ਨੂੰ ਉੱਥੋਂ ਸਟਾਫ ਹੀ ਚੱਕ ਕੇ ਬਾਹਰ ਸਟੇਸ਼ਨ ਤੇ ਛੱਡ ਆਉਂਦਾ ਜਾਂ ਇੱਧਰ ਉੱਧਰ ਭੇਜ ਦਿੰਦੇ ਆ। ਤੇ ਜੇ ਇਹ ਜਿਹੜੀ ਅਨਨੋਨ ਵਾਰਡ ਆ, ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਆ ਵੀ ਉਹਦੇ ਤੇ ਤੁਸੀਂ ਥੋੜਾ ਜਿਹਾ ਗੌਰ ਕਰੋ, ਉੱਥੇ ਐਕਸਟਰਾ ਸਟਾਫ ਰੱਖ ਕੇ, ਸਿਕਿਉਰਿਟੀ ਵਾਲੇ ਰੱਖ ਕੇ, ਇੱਦਾਂ ਦੇ ਬੰਦਿਆਂ ਨੂੰ ਉੱਥੇ ਅੰਦਰ ਐਡਮਿਟ ਕਰਕੇ ਇਹਨਾਂ ਨੂੰ ਇਹਨਾਂ ਦਾ ਬਣਦਾ ਟ੍ਰੀਟਮੈਂਟ ਦਿੱਤਾ ਜਾਵੇ। ਇਹ ਇੱਕ ਪੂਰਾ ਸਾਈਕਲ ਬਣਨਾ ਚਾਹੀਦਾ, ਇੱਕ ਪੂਰਾ ਇਸ ਤਰ੍ਹਾਂ ਦਾ ਪ੍ਰੋਸੀਜਰ ਹੋਵੇ। ਜਿਹੜੇ ਇੱਦਾਂ ਦੇ ਬੰਦੇ ਨੇ ਜਿਹੜੇ ਜ਼ਿਆਦਾ ਬਿਮਾਰ ਨੇ, ਸਿਵਲ ਹਸਪੀਟਲ ਲੁਧਿਆਣਾ ਚ ਮੰਨ ਲਓ ਮਸ਼ੀਨਰੀ ਜਾਂ ਡਾਕਟਰ ਨਹੀਂ ਹੈਗੇ ਜਾਂ ਇਹਨਾਂ ਦੀ ਸਮੱਸਿਆ ਦੇ ਮੁਤਾਬਕ ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈਗੀ ਆ ਪਟਿਆਲੇ ਰਜਿੰਦਰਾ ਹਸਪੀਟਲ ਚ,
ਉੱਥੇ ਭੇਜਿਆ ਜਾਵੇ, ਉੱਥੇ ਵੀ ਇੱਦਾਂ ਦੀ ਇੱਕ ਵਾਰਡ ਬਣੀ ਹੋਵੇ, ਉੱਥੇ ਵੀ ਇੱਦਾਂ ਦੀ ਕੇਅਰ ਹੋਵੇ। ਜੇ ਉੱਥੇ ਨਹੀਂ ਤਾਂ PGI 'ਚ ਹੋਵੇ ਇੱਕ, ਜੇ PGI ਰੈਫਰ ਕਰ ਦਿੰਦੇ ਕਈਆਂ ਨੂੰ ਗਾਂ। ਮਤਲਬ ਇਹ ਤਿੰਨ ਹੌਸਪੀਟਲ ਆ ਜਿਹੜੇ, ਇੱਕ ਸ਼ਹਿਰ ਦਾ, ਜ਼ਿਲ੍ਹੇ ਦਾ, ਇੱਕ ਰਜਿੰਦਰਾ ਅਤੇ ਇੱਕ PGI। ਇਹਨਾਂ ਤਿੰਨਾਂ ਦੇ ਵਿੱਚ ਜੇ ਇੰਤਜ਼ਾਮ ਕੀਤਾ ਜਾਵੇ ਇੱਦਾਂ ਦੇ ਲਾਵਾਰਸ ਲੋਕਾਂ ਨੂੰ, ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ, ਜਿਹੜੇ ਕਈ ਕਈ ਦਿਨਾਂ ਤੋਂ ਇੱਦਾਂ ਹੀ ਪਏ ਹੁੰਦੇ ਚੌਂਕਾਂ 'ਚ, ਸੜਕਾਂ ਦੇ ਉੱਤੇ, ਪੁਲਾਂ ਦੇ ਥੱਲੇ, ਗੁਰੂ ਘਰਾਂ ਦੇ, ਮੰਦਰਾਂ ਦੇ ਬਾਹਰ, ਤੇ ਉਹਨਾਂ ਨੂੰ ਉੱਥੇ ਉਹਨਾਂ ਦਾ ਬਣਦਾ ਟ੍ਰੀਟਮੈਂਟ ਤਾਂ ਮਿਲੇ। ਹੁਣ ਇਹੀ ਬੰਦੇ ਨੇ 10 ਦਿਨਾਂ ਤੱਕ ਤਕੜਾ ਹੋ ਕੇ ਆਪਦੇ ਪਿੰਡ ਜਾਣ ਜੋਗਾ ਹੋ ਜਾਣਾ, ਆਪਦੇ ਘਰੇ ਜਾਣ ਜੋਗਾ ਹੋ ਜਾਣਾ। ਹੋ ਸਕਦਾ ਕੋਈ ਆਪਣੀ ਕਿਸੇ ਗਲਤੀ ਕਰਕੇ ਇੱਦਾਂ ਦੇ ਹਾਲਾਤ 'ਚ ਆਇਆ ਹੋਵੇ, ਹੋ ਸਕਦਾ ਕੋਈ ਮਾਰ ਪੈ ਗਈ ਹੋਵੇ, ਇਹੋ ਜਿਹੀ ਕੋਈ ਘਟਨਾ ਇਹੋ ਜਿਹੀ ਘਟੀ ਹੋਵੇ ਇਹਦੀ ਜ਼ਿੰਦਗੀ 'ਚ, ਵੀ ਇਹ ਡੋਲ ਗਿਆ, ਇਹ ਡਿੱਗ ਪਿਆ, ਇਹਨੂੰ ਕਿਸੇ ਨੇ ਹੱਥ ਦੇ ਕੇ ਅੱਗੇ ਉਠਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡੀ ਡਿਊਟੀ ਲਾਈ ਆ ਉਸ ਵਾਹਿਗੁਰੂ ਨੇ, ਉਸ ਅੱਲਾ, ਉਸ ਰਾਮ, ਉਸ ਭਗਵਾਨ ਨੇ, ਵੀ ਜਿਹੜਾ ਅਸੀਂ ਇਹਨਾਂ ਰੱਬ ਰੂਪੀ ਲੋਕਾਂ ਦੀ ਸੇਵਾ ਕਰ ਪਾਉਂਦੇ ਹਾਂ। ਨਹੀਂ ਤਾਂ ਸਾਡੀ ਵੀ ਕੋਈ ਔਕਾਤ ਨਹੀਂ, ਅਸੀਂ ਕਿਸੇ ਨੂੰ ਸੜਕ ਤੋਂ ਚੱਕ ਕੇ ਆਪਣੇ ਘਰੇ ਲੈ ਜਾਈਏ ਅਤੇ ਘਰੇ ਲਿਜਾ ਕੇ ਉਹਦਾ ਇਲਾਜ ਕਰਾਈਏ, ਇਹ ਸਾਡੀ ਔਕਾਤ ਨਹੀਂ। ਕਰਾਉਣ ਵਾਲਾ ਤਾਂ ਉੱਪਰ ਵਾਲਾ ਹੀ ਬੈਠਾ, ਉਹਨੇ ਹੀ ਇਹਦਾ ਦਵਾਈ ਦਾਰੂ ਦੇਣੀ ਆ, ਉਹਨੇ ਹੀ ਇਹਨੂੰ ਛੱਤ ਦੇਣੀ ਆ, ਉਹਨੇ ਲੀੜਾ ਕੱਪੜਾ ਦੇਣਾ। ਅਸੀਂ ਤਾਂ ਇੱਕ ਆਪਣੇ ਹਿੱਸੇ ਦੀ ਇੱਕ ਛੋਟੀ ਜਿਹੀ ਨਾਮ ਮਾਤਰ ਜੀ ਇੱਕ ਡਿਊਟੀ ਨਿਭਾ ਰਹੇ ਹਾਂ, ਅਤੇ ਉਹ ਵੀ ਉਹਨੇ ਬਖਸ਼ੀ ਹੋਈ ਆ। ਅਤੇ ਅੱਜ ਅਸੀਂ ਇੱਥੇ ਪਹੁੰਚੇ ਸੀ, ਬੱਬਲ ਸਾਡਾ ਟੀਮ ਦਾ ਮੈਂਬਰ ਵੀਰ ਜੀ ਨੇ ਸਾਰਾ ਇੱਥੇ ਆ ਕੇ ਦੇਖਿਆ, ਹਰਪ੍ਰੀਤ ਆ ਮੇਰਾ ਛੋਟਾ ਬ੍ਰਦਰ ਬਾਹਰੋਂ ਆਇਆ ਹੋਇਆ, ਸਤਨਾਮ ਆ ਸਾਡੇ ਨਾਲ, ਸ਼ੈਫ ਵੀ ਖੜਾ ਵਾ, ਇਹ ਵੀ ਵੀਰ ਸਾਡੇ। ਹੈਂ, ਰਾਤ ਤੂੰ ਆਇਆ ਸੀ ਨਾ, ਰਾਤ ਕੀ ਹਾਲ ਸੀਗਾ ਕੋਈ ਇਹਦੇ ਨਾਲ ਦਾ ਕੋਈ ਇੱਥੇ? ਕਿੱਥੇ? ਖੂਨ ਬਲੀਡਿੰਗ ਆਈ ਹੋਈ ਜਾਂਦੀ ਹੈ ਲੈਟਰਿੰਗ ਰਾਹੀਂ। ਮਤਲਬ ਕੁੱਲ ਮਿਲਾ ਕੇ ਇਹਨਾਂ ਲੋਕਾਂ ਦੀ ਮੌਤ ਦਾ ਇੰਤਜ਼ਾਰ ਹੁੰਦਾ, ਮੌਤ ਦਾ ਇੰਤਜ਼ਾਰ ਨਾ ਹੋਵੇ। ਇਨਸਾਨੀਅਤ ਦੇ ਨਾਤੇ ਕੋਸ਼ਿਸ਼ ਤਾਂ ਕੀਤੀ ਜਾਵੇ, ਹੋਣਾ ਨਹੀਂ ਹੋਣਾ ਉਹ ਤਾਂ ਮਾਰੇ ਦੇ ਹੱਥ ਆ। ਕਈ ਵਾਰੀ ਅਸੀਂ ਵੀ ਜਿਵੇਂ ਤੁਹਾਨੂੰ ਦੱਸਿਆ ਉੱਥੇ ਪਹੁੰਚੀ ਦਾ, ਪਹੁੰਚਣ ਤੋਂ ਪਹਿਲਾਂ ਹੀ ਡੈਥ ਹੋ ਜਾਂਦੀ ਹੈ। ਕਈ ਵਾਰੀ ਸਾਡੇ ਨਾਲ ਭੈਣ ਭਰਾ ਨਾਰਾਜ਼ ਵੀ ਹੋ ਜਾਂਦੇ, ਦੋ ਦੋ ਦਿਨ ਆ ਨਹੀਂ ਪਾਉਂਦੇ, ਪਰ ਸਾਰਾ ਕੁਛ ਅਸੀਂ ਇਕੱਲੇ ਨਹੀਂ ਕਰ ਸਕਦੇ ਨਾ। ਇਸ ਕਰਕੇ ਆਪਾਂ ਇਹਨਾਂ ਲੋਕਾਂ ਬਾਰੇ ਵੀ ਸੋਚੀਏ। ਸਰਕਾਰਾਂ ਦੇ ਏਜੰਡੇ 'ਚ, ਸਰਕਾਰਾਂ ਦੇ ਮੈਨੀਫੈਸਟੋ 'ਚ ਜਦੋਂ ਇਲੈਕਸ਼ਨਾਂ ਹੋਣ, ਜ਼ਰੂਰ ਪੁੱਛਿਆ ਕਰੋ ਵੀ ਤੁਸੀਂ ਉਹਨਾਂ ਲਵਾਰਸ ਲੋਕਾਂ ਬਾਰੇ ਕੁਛ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ। ਸਰਕਾਰ ਨੌਕਰੀਆਂ ਵੀ ਦੇ ਰਹੀ ਹੈ, ਸਰਕਾਰ ਸਬਸਿਡੀਆਂ ਵੀ ਦੇ ਰਹੀ ਹੈ, ਆਟਾ ਦਾਲ ਵੀ ਦੇ ਰਹੀ ਹੈ, ਬਿਜਲੀ ਮੁਫ਼ਤ ਵੀ ਦੇ ਰਹੀ ਹੈ, ਇਹਨਾਂ ਲਈ ਤਾਂ ਕੁਛ ਵੀ ਨਹੀਂ। ਇਹ ਵੀ ਨਾਗਰਿਕ ਆ, ਇਹਨਾਂ ਦਾ ਵੀ ਨਾਗਰਿਕ ਦਾ ਹੱਕ ਆ, ਇਹ ਵੀ 250 ਯੂਨਿਟ ਇਹਨੂੰ ਵੀ ਚਾਹੀਦੀ, ਇਹਨੂੰ ਵੀ ਆਟਾ ਦਾਲ ਚਾਹੀਦਾ, ਪਰ ਇਹਦਾ ਵਿਚਾਰੇ ਦਾ ਵਜੂਦ ਹੀ ਖਤਮ ਹੋ ਗਿਆ। ਚਲੋ, ਸਾਡੀਆਂ ਭਾਸ਼ਣਬਾਜ਼ੀਆਂ ਤਾਂ ਇੱਦਾਂ ਹੀ ਰਹਿ ਜਾਣੀਆਂ, ਹਰ ਵਾਰੀ ਬੋਲੀਦਾ, ਇਹ ਪਹਿਲੀ ਵਾਰ ਨਹੀਂ, ਹਜ਼ਾਰਾਂ ਹੀ ਇਸ ਤਰ੍ਹਾਂ ਦੇ ਵੀਡੀਓ ਸਾਡੇ ਪਏ ਨੇ ਸੋਸ਼ਲ ਮੀਡੀਆ 'ਤੇ, ਪਰ ਕਿਸੇ ਦਿਨ ਅਸੀਂ ਆਪਣੀ ਡਿਊਟੀ ਨਿਭਾਈ ਜਾਂਦੇ ਹਾਂ, ਕੋਈ ਤਾਂ ਸੁਣੂਗਾ ਹੀ, ਕਿਸੇ ਦਿਨ ਕੋਈ ਤਾਂ ਪਹਿਲ ਕਰੂਗਾ ਹੀ,
ਕਿਸੇ ਸਾਡੇ ਪੋਲੀਟੀਕਲ ਲੀਡਰ ਦੇ ਦਿਮਾਗ 'ਚ ਦਿਲ 'ਚ ਤਾਂ ਆਊਗੀ ਹੋਈ ਵੀ ਹਾਂ ਇਹ ਵੀ ਜ਼ਰੂਰੀ ਆ। ਕੋਈ ਹੈਲਥ ਮਿਨਿਸਟਰ ਇੰਡੀਆ ਲੈਵਲ ਦੇ ਜਾਂ ਪੰਜਾਬ ਦਾ ਸਟੇਟ ਲੈਵਲ ਦਾ ਤਾਂ ਸੋਚੂਗਾ ਹੀ ਵੀ ਅਸੀਂ ਯਾਰ ਕਰੀਏ ਇਹਨਾਂ ਵਾਸਤੇ ਵੀ ਕੁਛ। ਇਹਨਾਂ ਨੇ ਕਦੇ ਵੀ ਨਹੀਂ ਧਰਨਾ ਦਿੱਤਾ, ਇਹ ਕਦੇ ਟੈਂਕੀ 'ਤੇ ਨਹੀਂ ਚੜ੍ਹੇ, ਇਹਨਾਂ ਨੇ ਕਦੇ ਤੁਹਾਨੂੰ ਕੁਛ ਨਹੀਂ ਕਿਹਾ ਵਿਚਾਰਿਆਂ ਨੇ, ਕਿਉਂਕਿ ਤਾਂ ਆਪਦੀ ਮੌਤ ਦਾ ਇੰਤਜ਼ਾਰ ਕਰਦੇ ਕਰਦੇ ਮਰ ਵੀ ਜਾਂਦੇ ਕਈ ਵਾਰੀ, ਤਾਂ ਵੀ ਕਦੇ ਤੰਗ ਨਹੀਂ ਕਰਦੇ ਤੁਹਾਨੂੰ। ਪਰ ਇੱਕ ਗੱਲ ਜ਼ਰੂਰ ਆ, ਜਿਨ੍ਹਾਂ ਦੇ ਹੱਥਾਂ 'ਚ ਬਾਗਡੋਰ ਹੁੰਦੀ ਆ ਨਾ, ਅਤੇ ਜਦੋਂ ਉਹ ਡਿਊਟੀ ਨਹੀਂ ਨਿਭਾਉਂਦੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਈ ਵਾਰੀ ਹਾਲਾਤ ਇੱਦਾਂ ਦੇ ਬਣ ਜਾਂਦੇ ਆ ਜਿਵੇਂ ਆਪਾਂ ਅਕਸਰ ਦੇਖਦੇ ਹਾਂ ਵੀ ਰੱਬ ਦੀ ਜਦੋਂ ਮਾਰ ਪੈਂਦੀ ਆ ਆਵਾਜ਼ ਨਹੀਂ ਆਉਂਦੀ, ਕਹਿੰਦੇ ਉਹਦੀ ਲਾਠੀ ਦੀ ਆਵਾਜ਼ ਨਹੀਂ ਆਉਂਦੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੀਏ ਦਿਨੇਸ਼ ਬਾਬੂ, ਚਲੇ ਹੌਸਪੀਟਲ ਚਲੇ, ਠੀਕ ਹੈ ਬਾਬੂ, ਚਲਤੇ ਚਲਤੇ।